ਲੋ ਜੀ ਚੱਕੋ ਮੇਰੇ ਵੱਲੋਂ ਮੇਰੀ ਸਾਰੀ ਯੂਟਿਊਬ ਫੈਮਿਲੀ ਨੂੰ। ਹਾਂਜੀ ਕੀ ਹਾਲ ਚਾਲ ਸਾਰਿਆਂ ਦੇ, ਕਾਫੀ ਟਾਈਮ ਬਾਅਦ ਆਪਾਂ ਵਲੌਗ ਬਣਾਉਣ ਲੱਗੇ ਹਾਂ, ਨਾਲ ਐਤਕੀ ਪਵਨ ਵੀ ਜੁੜਿਆ ਆਪਣੇ ਨਾਲ, ਹੈਲੋ ਕਰਦੇ। ਅਤੇ ਜਨਤਾ ਸ਼ਰਮਾਉਂਦੀ ਬਹੁਤ ਆ ਆਪਣੀ ਜਿਹੜੀ ਕੈਮਰੇ ਮੁਰੇ ਆਉਣ ਤੋਂ, ਅਤੇ ਹੋਰ ਤੁਸੀਂ ਸਾਰੇ ਕਿਵੇਂ ਹੋ? ਆਹ ਦੇਖੋ ਜੀ ਇੱਥੇ ਆਇਆ ਆਪਾਂ ਮੇਲਾ ਵੇਖਣ। ਅਤੇ ਆਹ ਤੁਸੀਂ ਚੈੱਕ ਕਰੋ ਇੱਥੇ ਰੌਣਕ ਮੇਲਾ, ਅਤੇ ਆਪਾਂ ਇਸ ਟਾਈਮ ਪਹੁੰਚੇ ਹਾਂ ਬਿਆਸ ਪਿੰਡ, ਛਿੰਝ ਦਾ ਮੇਲਾ ਕਹਿੰਦੇ ਆ ਜੀ ਇਹਨੂੰ। ਅਤੇ ਆਪਣੇ ਨਾਲ ਆਇਆ ਗੋਪੀ, ਰੋਹਿਤ ਅਤੇ ਪਵਨ, ਅਤੇ ਮੈਨੂੰ ਤਾਂ ਤੁਸੀਂ ਜਾਣਦੇ ਹੀ ਹੋ ਸਾਰੇ, ਅਤੇ ਤੁਹਾਨੂੰ ਹੋਰ ਦਿਖਾਉਂਦੇ ਹਾਂ। ਅਤੇ ਝੂਲੇ ਬਹੁਤ ਤਰ੍ਹਾਂ ਦੇ ਲੱਗੇ ਆ, ਦੇਖੋ ਮਿਕੀ ਮਾਊਸ, ਚੰਡੋਲ। ਤੁਹਾਡੇ ਇਲਾਕੇ 'ਚ ਇਹਨੂੰ ਕੀ ਕਹਿੰਦੇ ਆ ਉਹ ਜ਼ਰੂਰ ਦੱਸਿਓ, ਅਤੇ ਆਹ ਬੱਚਿਆਂ ਦਾ ਦੇਖੋ ਜੀ। ਛੋਟੇ ਛੋਟੇ ਬੱਚਿਆਂ ਲਈ ਸਲਾਈਡ ਬਣੀਆਂ। ਕੌਫੀ ਮਿਲ ਗਈ ਆ ਆਪਾਂ ਨੂੰ। ਗੋਪੀ ਕੌਫੀ ਦਿਖਾਓ, ਚੱਕ ਆ ਲਓ ਗੋਪੀ। ਰੋਹਿਤ ਪਵਨ ਵੀ ਲੈ ਕੌਫੀ, ਥੈਂਕ ਯੂ ਪਵਨ ਯਾਰ ਕੌਫੀ ਲਿਆਉਣ ਲਈ। ਅਤੇ ਕੌਫੀ ਮਿਲ ਗਈ ਆ ਆਪਾਂ ਨੂੰ, ਆਹ ਗੁਰਦੁਆਰਾ ਜੀ ਇੱਥੇ ਦਾ। ਜਗ੍ਹਾ ਜੀ ਜਗ੍ਹਾ ਬਾਬਿਆਂ ਦੀ। ਆਹ ਦੇਖੋ ਜੀ ਇੱਥੇ ਫਲ ਫਰੂਟਾਂ ਦੀ ਦੁਕਾਨਾਂ ਲੱਗੀਆਂ, ਤੇ ਆਹ ਦੇਖੋ ਇੱਧਰ ਢੋਲ ਦਾ ਢੋਲ ਚੱਲਦੀ ਹੋਈ ਆ, ਤੇ ਇਹ ਤੁਹਾਨੂੰ ਆਪਾਂ ਦਿਖਾਵਾਂਗੇ ਬਾਅਦ ਚ। ਤੇ ਜਨਤਾ ਬੈਠੀ ਹੋਈ ਸਾਰੀ ਉੱਪਰ। ਲਓ ਜੀ ਕਾਰਟੂਨ ਚੱਕੋ, ਤੇ ਆਪਣੇ ਨਾਲ ਬੱਗਾ ਭਾਈ ਵੀ ਆ ਗਏ ਹੁਣ। ਆਈ ਹੋਪ ਤੁਸੀਂ ਇੰਜੋਏ ਕਰ ਰਹੇ ਹੋਗੇ, ਅਤੇ ਅੱਗੇ ਵੀ ਤੁਹਾਨੂੰ ਦੋ ਚਾਰ ਵਲੌਗ ਵਧੀਆ ਵਧੀਆ ਆਉਣਗੇ। ਅਤੇ ਆਹ ਭਾਈ ਆਪਣੇ ਮਹਾਰਾਜ ਜੀ, ਮੌਸਮ ਵੀ ਬਹੁਤ ਠੰਡਾ ਹੋਇਆ ਪਿਆ ਜੀ ਅੱਜ, ਮੈਂ ਗੁਆਚ ਗਿਆ, ਮੈਂ ਹੁਣ ਉਹਨਾਂ ਨੂੰ ਲੱਭਾ ਜਿਹੜੇ ਨਾਲ ਆਇਆ। ਇਹਦਾ ਪਤਾ ਨਹੀਂ ਲੱਗਣਾ ਕਿਹਦਾ, ਰੋਹਿਤ ਤਿਆਰ ਹੀ ਦੁਕਾਨਾਂ ਦੇਖੋ। ਇਹ ਚੰਦ ਆ ਲਓ ਜੀ, ਇੱਥੇ ਵੀ ਝੂਟੇ ਲੈਣੇ ਆਪਾਂ ਜਾ ਕੇ। ਭੀੜ ਦੇਖੋ ਚੈੱਕ ਕਰੋ, ਆਪ ਕੋ ਨਹੀਂ।
ਚੈੱਕ ਕਰੋ ਤੁਸੀਂ। ਉਹ ਗੋਪੀ ਤੂੰ ਕਿੱਧਰ ਰਹਿੰਦਾ ਗੋਪੀ? ਲਓ ਜੀ ਚੱਕੋ ਮੇਰੇ ਵੱਲੋਂ ਮੇਰੀ ਸਾਰੀ ਯੂਟਿਊਬ ਫੈਮਿਲੀ ਨੂੰ ਚੱਕੋ ਜਿੰਨੇ ਮਰਜ਼ੀ। ਲਓ ਜੀ ਆਈਫੋਨ ਚ ਫੋਟੋ ਖਿੱਚਦੇ ਹੋਏ ਦਿਖਾਉਂਦੇ ਆ ਤੁਹਾਨੂੰ ਕਬੱਡੀਆਂ ਜਿਹੜੇ ਫਾਈਨਲ ਘੋਲ ਦੇ ਫਾਈਨਲ ਮੈਚ ਆ ਤੇ ਕਬੱਡੀਆਂ ਦੇ ਹੋ ਚੁੱਕੇ ਆ। ਹਾਂਜੀ ਹੁਣ ਮੈਂ ਬੇਨਤੀ ਕਰਦਾ ਮੇਰੇ ਸਰਕਾਰ ਦੇ
ਓ ਦੇਖੋ ਜੀ ਮੈਚ ਲੱਗੇ ਇੱਥੇ, ਪਬਲਿਕ ਦੇਖੋ ਤੁਸੀਂ, ਜਨਤਾ ਦੇਖੋ ਕਿੰਨੀ ਆਈ ਆ। ਤਾਂ ਕੁਛ ਹੋਰ ਹੀ ਕਾਰਨਾਮਾ ਕੀਤਾ ਆ ਜੀ। ਆਹ ਦੇਖੋ ਅੰਕਲ ਅੱਜ ਡਰੈਗਨ, ਉਹ ਦੇਖੋ ਜੀ ਉੱਪਰ ਤੋਂ ਉੱਪਰ ਉੱਪਰ ਮਿੱਤਰੋ। ਹੁਣ ਇੱਥੇ ਕਰਦੇ ਹਾਂ ਆਪਾਂ ਵਲੋਗ ਨੂੰ ਸਮਾਪਤ, ਅਤੇ ਆਈ ਹੋਪ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗਾ ਹੋਊਗਾ, ਅਤੇ ਜਿਹੜੇ ਪਹਿਲੀ ਵਾਰੀ ਆਏ ਆ ਚੈਨਲ 'ਤੇ, ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ।